ये तस्वीरां अमृतसर दे गुरद्वारा हवेली अरूड़ सिंह दियां ने जिथे शॉर्ट सर्कट होने उपरंत गुरु घर च भयानक अग लग गई जिस तों बाद सारी संगत नूं हत्थां पैरां दी पै गई क्योंकि गुरु घर च श्री गुरु ग्रंथ साहिब जी महाराज के चार सरूप सुशोभित सन। जिवें अग लगण की खबर इलाके च फैली तां टैलीफोन एक्सचेंज इलाके च वड्डी गिणती च संगत गुरद्वारा साहिब के बाहर इकट्ठी होनी शुरू हो गई। इस दौरान बिना देरी कित्या फायर ब्रिगेड नूं सूचित कर दिता गया। जिवें ही फायर ब्रिगेड वालियां नूं यह पता लग्या कि अग भी उसे हॉल च लगी है जिथे गुरु महाराज जी दे सरूप सुशोभित ने, तां फिर फायर ब्रिगेड दे जवानां च इकदम अजिही शक्ति आई कि देखदे देखदे धू धू करदी अग विचों हो के फायर ब्रिगेड दे जुझारू श्री गुरु ग्रंथ साहिब जी कोल जा पहुंचे। बाकी फिर की होया जरा सुनो ਕੌਂਸਲਰ ਵਿਕਾਸ ਸੋਨੀ ਅਤੇ ਗੁਰਦੁਆਰਾ ਕਮੇਟੀ ਦਾ ਹਿੱਸਾ ਲੋਕਾਂ ਕੋਲੋਂ ਬੜਾ ਇੱਕ ਵੱਡਾ ਜਿਹੜੀ ਦੁਰਘਟਨਾ ਸੀ ਔਰ ਬੜਾ ਫਾਇਰ ਬ੍ਰਿਗੇਡ ਦੇ ਜਿੰਨੇ ਵੀ ਅਫਸਰ ਸਾਹਿਬਾਨ ਨੇ ਉਹਨਾਂ ਨੇ ਮਿਲ ਕੇ ਅੱਜ ਬੜਾ ਵੱਡਾ ਬਚਾਅ ਵੀ ਕੀਤਾ ਹੈ। ਸਾਡਾ ਗੁਰਦੁਆਰਾ ਸਾਹਿਬ ਜਿਹੜਾ ਇਹ ਪ੍ਰਜਾ ਬਰਾਦਰੀ ਦਾ ਬੜਾ ਇੱਕ ਪਵਿੱਤਰ ਗੁਰਦੁਆਰਾ ਸਥਾਨ ਹੈ ਜਿਹੜਾ ਹਾਲੇ ਪਿੱਛੇ ਥੋੜ੍ਹੇ ਦਿਨ ਸਮੇਂ ਮੈਂ ਕਿਹਾ 6-8 ਮਹੀਨੇ ਉਸ ਤਿਆਰ ਕੀਤਾ ਸੀ ਫਾਇਰ ਬ੍ਰਿਗੇਡ ਵਾਲੇ ਅਫਸਰਾਂ ਵੱਲੋਂ ਇਹਨਾਂ ਵੱਲੋਂ ਜਿਹੜੀ ਹਾਲੇ ਤਫਤੀਸ਼ ਕੀਤੀ ਗਈ ਉਹ 'ਚ ਪਤਾ ਲੱਗਾ ਕਿ ਜਿਹੜੀ ਸ਼ਾਰਟ ਸਰਕਟ ਤੋਂ ਇਹ ਜਿਹੜੀ ਉੱਥੇ ਅੰਦਰ ਅੱਗ ਲੱਗੀ ਔਰ ਮੈਂ ਸਮਝਦਾ ਕਿ ਬੜਾ ਵੱਡਾ ਜਿਹੜਾ ਇੱਕ ਵਧੀਆ ਗੱਲ ਹੈ ਕਿ ਜਿਹੜੇ ਮਹਾਰਾਜ ਦੇ ਸਰੂਪ ਸੀ ਚਾਰੋ ਸਰੂਪ ਜਿਹੜੇ ਦੱਸੇ ਗਏ ਨੇ ਉਹ ਬਿਲਕੁਲ ਵਧੀਆ ਤਰੀਕੇ ਨਾਲ ਫਾਇਰ ਅਫਸਰਾਂ ਨੇ ਆਪਣੀ ਜਾਨ ਜੋਖਮ 'ਚ ਪਾ ਕੇ ਵਰਦੀ ਅੱਗ ਦੇ ਵਿੱਚ ਵੜ ਕੇ ਉਹਨਾਂ ਨੇ ਚਾਰੋ ਜਿਹੜੇ ਮਹਾਰਾਜ ਦੇ ਸਰੂਪ ਕੱਢੇ ਨੇ ਔਰ ਉਹਨੂੰ ਬਿਲਕੁਲ ਐਂ ਕਿਸੇ ਚੀਜ਼ ਦੀ ਆਂਚ ਨਹੀਂ ਜਿਹੜੀ ਆਉਣ ਦਿੱਤੀ ਗਈ ਉਹ ਬਹੁਤ ਵੱਡਾ ਉਹਨਾਂ ਨੂੰ ਇੱਕ ਸ਼ਲਾਘਾਯੋਗ ਕੰਮ ਜਿਹੜਾ ਉਹਨਾਂ ਨੇ ਕੀਤਾ। ਸੋ ਸਾਡੇ SP ਸਾਹਿਬ ਵੀ ਆਏ ਨੇ, ਹੋਰ ਵੀ ਅਫਸਰ ਸਾਹਿਬਾਨ ਸਾਰੇ ਆਏ ਨੇ, ਮੈਡਮ SHO ਜਿਹੜੇ ਇਲਾਕੇ ਦੇ ਨੇ ਡਿਪਟੀ ਉਹ ਸਾਰੇ ਆਏ ਨੇ, ਉਹਨਾਂ ਨੇ ਮੌਕਾ ਦੇਖਿਆ ਔਰ ਇਹਦੀ ਤਫਤੀਸ਼ ਕਰ ਰਹੇ ਨੇ। ਜਿਹੜਾ ਕੈਮਰੇ ਸੀ ਉਹ ਵੀ ਸੜ ਗਏ, ਉਹਦੀ DVR ਦੀ ਵੀ ਦੇਖ ਰਹੇ ਨੇ। ਸੋ ਮੈਂ ਸਮਝਦਾ ਕਿ ਬੜੀ ਵੱਡੀ ਜਿਹੜੀ ਦੁਰਘਟਨਾ ਸੀ ਜਿਹੜੀ ਇੱਥੇ ਹੋਈ ਹੈ ਬੜੀ, ਉਹ ਪਰ ਬਹੁਤ ਵੱਡਾ ਬਚਾਅ ਜਿਹੜਾ ਸਾਰਿਆਂ ਨੇ ਮਿਲ ਗਿਆ, ਖਾਸ ਕਰਕੇ ਇਲਾਕੇ ਦੇ ਲੋਕਾਂ ਨੇ ਮਿਲ ਕੇ ਜਿਹੜਾ ਮੌਕੇ ਨੂੰ ਸਾਂਭਿਆ। ਨੁਕਸਾਨ ਤਾਂ ਹੋਇਆ ਬਹੁਤ ਜ਼ਿਆਦਾ, ਪਰ ਮੈਂ ਸਮਝਦਾ ਕਿ ਜਿਹੜਾ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋਇਆ ਉਸ। ਅਸੀਂ ਗੁਰਦੁਆਰਾ ਹਵੇਲੀ ਰੂਟ ਸਿੰਘ ਦੇ ਬੋਲ ਰਹੇ ਹਾਂ ਜੋ ਵੀ ਟੈਲੀਫੋਨ ਚੇਂਜ ਦੇ ਨੇੜੇ ਹੈ। ਅੱਜ ਸ਼ਾਮ ਨੂੰ 4:15 ਵਜੇ ਦੇ ਕਰੀਬ ਦਿਨ ਸਭ ਨੂੰ ਪਤਾ ਲੱਗਿਆ ਜਦੋਂ ਧੂੰਆਂ ਨਿਕਲਿਆ ਬਾਹਰ, ਅਤੇ ਫਿਰ ਮੁੜ ਕੇ ਸਾਰੇ ਜਿੰਨੇ ਆਪਣੇ ਹੈਗੇ ਸੀ ਮੁੰਡੇ ਸਾਰੇ ਉੱਥੇ ਗਏ ਹੈ, ਅਤੇ ਉਹਨਾਂ ਨੇ ਫਿਰ ਅੱਗ ਬਹੁਤ ਲੱਗੀ ਸੀ ਅਤੇ ਅੱਗ ਉਹਨਾਂ ਨੇ ਸ਼ੀਸ਼ੇ ਤੋੜ ਕੇ ਉਹ ਬੁਝਾਈ ਹੈ। ਉਹ ਬੁਝਾਉਣ ਤੋਂ ਬਾਅਦ ਜਿਹੜਾ ਮਹਾਰਾਜ ਦੇ ਸਰੂਪ ਹੈਗੇ ਆ ਉਹ ਬਚ ਬਚਾ ਹੋ ਗਿਆ। ਇੱਕ ਕਹਿ ਲਓ ਚਮਤਕਾਰ ਕਹਿ ਲਓ ਵੀ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਸੋ ਉਨੀ ਦੇਰ ਨੂੰ ਫਾਇਰ ਬ੍ਰਿਗੇਡ ਹੋਣੀ ਵੀ ਆ ਗਏ, ਉਹਨਾਂ ਦਾ ਵੀ ਬੜਾ ਤਗੜਾ ਸਹਿਯੋਗ ਰਿਹਾ ਵਾ ਉਹ ਰੋਡ 'ਤੇ ਅੱਗ 'ਤੇ ਪੂਰਾ ਕਾਬੂ ਪਾ ਲਿਆ ਗਿਆ ਵਾ। ਅੱਗ ਲੱਗਣ ਦਾ ਦੇਖੋ ਅਜੇ ਤਾਂ ਕੋਈ ਇੰਨਾ ਸਾਫ਼ ਨਹੀਂ ਕਹਿ ਸਕਦੇ, ਇਹ ਕਹਿ ਸਕਦੇ ਕਿ ਸ਼ੋਰਟ ਸ਼ਾਰਟਕਟ ਹੋਇਆ ਹੋਊਗਾ। CCTV ਕੈਮਰਾ ਲੱਗੇ ਹੋਏ ਆ ਇੱਥੇ। ਪੁਲਿਸ ਸਾਨੂੰ ਆਏ ਸੀ, SHO ਸਾਹਿਬ ਆਏ ਸੀ ਕੋਤਵਾਲੀ ਦੇ, ਉਹ ਆਪਣਾ ਉਹ ਲੈ ਗਏ ਆ ਜਿਹੜਾ ਉਹਨਾਂ ਦਾ ਹੁੰਦਾ DVR, ਉੱਥੇ ਹੁਣ ਪਤਾ ਕਰਨਗੇ ਕਿਸ ਤਰ੍ਹਾਂ ਅੱਗ ਦਾ ਕੀ ਪ੍ਰੋਗਰਾਮ ਹੈਗਾ। ਉਧਰ ਪੂਰੀ ਕਾਰਵਾਈ ਦੀ ਜਾਣਕਾਰੀ ਫਾਇਰ ਅਫਸਰ ਲਵਪ੍ਰੀਤ ਸਿੰਘ ਅਤੇ ਅੰਮ੍ਰਿਤਸਰ ਪੁਲਿਸ 'ਚ ADCP ਵਜੋਂ ਤੈਨਾਤ ਹਰਜੀਤ ਧਾਲੀਵਾਲ ਹੋਰਾਂ ਨੇ ਦਿੱਤੀ ਅਤੇ ਪੂਰੇ ਮਾਮਲੇ 'ਚ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਕਿ ਸਰੂਪਾਂ ਨੂੰ ਬਚਾ ਲਿਆ ਗਿਆ। ਇਸ ਤਰ੍ਹਾਂ ਵੀ ਅੱਜ ਬਹੁਤ ਹੀ ਇੱਕ ਮੰਦਭਾਗੀ ਘਟਨਾ ਹੋਈ ਹੈ ਜਿਸ ਦੇ ਨਾਲ ਗੁਰਦੁਆਰਾ ਸਾਹਿਬ ਜਿਹੜਾ ਗਲੀ ਜਿਹੜਾ ਟੈਲੀਫੋਨ ਐਕਸਚੇਂਜ ਹੈ ਉਹਦੇ ਵਿੱਚ ਇੱਕ ਅਚਾਨਕ ਫਾਇਰ ਹੋਈ ਸੀ ਗੁਰਦੁਆਰਾ ਸਾਹਿਬ ਦੇ ਅੰਦਰ, ਜਿਸ ਦੇ ਵਿੱਚ ਮਹਾਰਾਜ ਦੇ ਚਾਰ ਸਰੂਪ ਸਨ ਜੋ ਕਿ ਸਰੂਪ ਫਾਇਰ ਬ੍ਰਿਗੇਡ ਵੱਲੋਂ ਇਮੀਡੀਏਟ 16:25 'ਤੇ ਇਹ ਫਾਇਰ ਦੀ ਇਤਲਾਹ ਆਈ ਸੀ ਸਾਨੂੰ। 16:25 'ਤੇ ਅਸੀਂ ਉਸੇ ਵੇਲੇ ਗੱਡੀਆਂ ਮੂਵ ਕੀਤੀਆਂ, ਨਾਲ ਹੀ ਫਾਇਰ ਸਟੇਸ਼ਨ ਆ ਸਾਡਾ ਬਿਲਕੁਲ ਕੋਲ, ਮੋਸਟ ਪ੍ਰੋਬਲੀ 2 ਮਿੰਟ ਦੇ ਵਿੱਚ ਗੱਡੀਆਂ ਜਿਹੜੀਆਂ ਪਹੁੰਚ ਗਈਆਂ ਸਨ ਅਤੇ ਫਾਇਰ ਕੰਟਰੋਲ ਕਰ ਲਈ ਗਈ ਸੀ। ਚਾਰ ਮਹਾਰਾਜ ਦੇ ਸਰੂਪ ਸੀ ਜਿਹੜੇ ਕਿ ਬਿਲਕੁਲ ਸੁਰੱਖਿਅਤ ਉੱਪਰ ਜਿਹੜੇ ਉਹ ਆਉਂਦੇ ਹੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਸਾਡੇ ਨਾਲ ਰਲ ਕੇ ਉਹਨਾਂ ਨੂੰ ਕੱਢ ਲਏ ਸੀ। ਕਿੰਨੀਆਂ ਗੱਡੀਆਂ ਜੀ ਟੋਟਲ? ਟੋਟਲ 2 ਗੱਡੀਆਂ ਸਨ ਸਾਡੀਆਂ ਜਿਨ੍ਹਾਂ ਨੇ ਆਈਆਂ ਸੀ ਅਤੇ ਉਹਨਾਂ ਨੇ ਫਾਇਰ ਬੁਝਾ ਦਿੱਤਾ। ਅੱਗ ਲੱਗਣ ਦਾ ਕਾਰਨ ਬਾਅਦ 'ਚ ਇਨਵੈਸਟੀਗੇਸ਼ਨ 'ਚ ਪਤਾ ਲੱਗੇਗਾ, ਟੋਟਲ ਜੋ ਪੁਲਿਸ ਦੀ ਇਨਵੈਸਟੀਗੇਸ਼ਨ ਹੋਏਗੀ। ਫਿਲਹਾਲ ਤਾਂ ਇਲੈਕਟ੍ਰੀਕਲ ਸ਼ਾਰਟ ਸਰਕਟ ਦੱਸਿਆ, ਸਭ ਕੁਝ ਬਚਾ ਲਿਆ ਗਿਆ ਫਾਇਰ ਬ੍ਰਿਗੇਡ ਵੱਲੋਂ। ਤੁਸੀਂ ਇਹ ਪੁੱਛ ਸਕਦੇ ਜੀ ਇਲਾਕਾ ਵਾਸੀਆਂ ਨੂੰ ਵੀ ਫਾਇਰ ਬ੍ਰਿਗੇਡ ਨੇ ਆਪਣੀ ਤਨਦੇਹੀ ਨਾਲ ਪੂਰੀ। ਇਹ ਆ ਗੁਰਦੁਆਰਾ ਸਾਹਿਬ ਦੇ ਜਿਹੜੀ ਆ ਹੁਣ ਪਹੁੰਚੇ ਇੱਥੇ, ਸਾਰੇ ਹੀ ਮੁਹੱਲੇ ਵਾਲੇ ਵੀ ਖੜੇ ਆ। ਬਿਜਲੀ ਦਾ ਸ਼ਾਰਟ ਸਰਕਟ ਹੋਇਆ, ਉਹਦੇ ਮੁਤਾਬਕ ਜਿਹੜੀ ਅੰਦਰ ਸ਼ਾਰਟ ਸਰਕਟ ਨੂੰ ਲੱਗੀ ਹੈ, ਲੇਕਿਨ ਜੋ ਵੀ ਮਹਾਰਾਜ ਦੇ ਸਰੂਪ ਆ ਸਾਰੇ ਹੀ ਇਹਨਾਂ ਨੇ ਸੁਰੱਖਿਅਤ ਬਿਲਕੁਲ ਜਿਹੜੇ ਆ ਬਾਹਰ ਕੱਢ। ਨਹੀਂ ਨਹੀਂ ਕੋਈ ਨਹੀਂ, ਵਾਹਿਗੁਰੂ ਦੀ ਕਿਰਪਾ ਹੋਈ ਆ, ਬਿਲਕੁਲ ਠੀਕ ਠਾਕ। ਸੋ ਹੁਣ ਇਲਾਕੇ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਆਪਣੀ ਜਾਨ 'ਤੇ ਖੇਡ ਕੇ ਸਰੂਪਾਂ ਨੂੰ ਬਚਾਉਣ ਵਾਲੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੀ ਹੌਸਲਾ ਅਫਜ਼ਾਈ ਕਿਸੇ ਨਾ ਕਿਸੇ ਢੰਗ ਨਾਲ ਜ਼ਰੂਰ ਕਰਨ। ਹਕੀਕਤ TV ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।